ਵਾਹਿਗੁਰੂ ਸਾਹਿਬ ਜੀ, ਕੋਟ ਪਰਾਧ ਹਮਾਰੇ ਖੰਡੋ, ਅਣਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਮੂਹ ਗੁਰੂ ਪਿਆਰੀ ਸਾਧ ਸੰਗਤ, ਆਓ ਕੁਝ ਕਹਿਣ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਸਾਰੇ ਹੀ ਸਤਿਗੁਰਾਂ ਦੇ ਪਿਆਰ ਅਦਬ ਵਿੱਚ ਜੁੜ ਕੇ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਬਹੁਤ ਸੀਮਤ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਦੁਨੀਆਂ ਦੇ ਵਿੱਚ ਇੱਦਾਂ ਦੀ ਜੀਵਨੀ, ਇੱਦਾਂ ਦਾ ਜੀਵਨ ਹੋਰ ਕਿਸੇ ਦਾ ਸਾਨੂੰ ਮਿਲਦਾ ਹੀ ਨਹੀਂ ਹੈ। ਮੈਂ ਅਕਸਰ ਹੀ ਬੇਨਤੀ ਕਰਦਾ ਹੁੰਦਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਨੂੰ ਨਾ ਜੇ ਇੱਕ ਬਾਲਕ ਪੜ੍ਹ ਲਵੇ ਨਾ, ਇੱਕ ਬੱਚੇ ਨੂੰ, ਇੱਕ ਬਾਲਕ ਨੂੰ ਵੀ ਸਤਿਗੁਰਾਂ ਦੇ ਜੀਵਨ ਵਿੱਚੋਂ ਉਪਦੇਸ਼ ਮਿਲੇਗਾ ਕਿ ਬਚਪਨ ਕਿਵੇਂ ਗੁਜ਼ਾਰਨਾ। ਇੱਕ ਜਵਾਨ ਪੜ੍ਹ ਲਵੇ ਉਹਨੂੰ ਵੀ ਉਪਦੇਸ਼ ਮਿਲੇਗਾ ਕਿ ਜਵਾਨੀ ਦੇ ਵਿੱਚ ਆਪਣੀ ਜ਼ਿੰਦਗੀ ਦਾ ਗੁਜ਼ਰਾਨ ਕਿਵੇਂ ਕਰਨਾ ਆ। ਇੱਕ ਜਿਸ ਇਨਸਾਨ 'ਤੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ, ਜਿਹੜਾ ਸੰਸਾਰ ਦੇ ਵਿੱਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਪੜ੍ਹ ਲਵੇ, ਸਤਿਗੁਰਾਂ ਦਾ ਇਤਿਹਾਸ, ਉਹਦਾ ਮਾਰਗ ਵੀ ਰਸ਼ਨਾਉਂਦਾ ਆ ਕਿ ਭਾਈ ਇਸ ਜੀਵਨ ਦੇ ਕਰਮ ਵਿੱਚ ਪਹੁੰਚ ਕੇ ਤੂੰ ਜ਼ਿੰਦਗੀ ਦਾ ਗੁਜ਼ਰਾਨ ਕਿਵੇਂ ਕਰਨਾ। ਜੀਵਨ ਦਾ ਹਰ ਇੱਕ ਪੱਖ ਸਤਿਗੁਰਾਂ ਦੀ ਬਾਣੀ ਦੇ ਵਿੱਚ ਤਾਂ ਸਤਿਗੁਰਾਂ ਨੇ ਸਮਝਾਇਆ ਹੀ ਹੈ, ਪਰ ਜੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਨੂੰ ਵੀ ਪੜ੍ਹੀਏ ਨਾ, ਉਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਵਾਚੀਏ, ਅਤੇ ਉਹਦੇ ਤੋਂ ਵੀ ਸਾਧ ਸੰਗਤ ਸਾਨੂੰ ਬੜਾ ਹੀ ਕੁਝ ਮਿਲਦਾ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਅਕਸਰ ਹੀ ਵਿਦਵਾਨ ਜਨ ਕਹਿੰਦੇ, ਕੋਈ ਉਹਨਾਂ ਨੂੰ ਕ੍ਰਾਂਤੀਕਾਰੀ ਕਹਿ ਦਿੰਦਾ, ਕੋਈ ਉਹਨਾਂ ਨੂੰ ਸਮਾਜ ਸੁਧਾਰਕ ਕਹਿ ਦਿੰਦਾ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਿਰੇ ਸਿਰਫ ਕ੍ਰਾਂਤੀਕਾਰੀ ਨਹੀਂ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਿਰਫ ਸਮਾਜ ਸੁਧਾਰਕ ਨਹੀਂ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਨੁੱਖ ਨੂੰ ਜੀਵਨ ਦੀ ਜਾਂਚ ਦੱਸਣ ਵਾਲੇ ਨੇ। ਇਸ ਜੀਵਨ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰਦਿਆਂ ਹੋਇਆਂ ਉਸ ਨਿਰੰਕਾਰ ਦੇ ਨਾਲ ਕਿਵੇਂ ਜੁੜਨਾ, ਇਹ ਜਾਂਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੱਸ ਕੇ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਅਸੀਂ ਪੜ੍ਹਦੇ ਹਾਂ। ਸਿੱਧਾਂ ਦੇ ਨਾਲ ਜਦੋਂ ਸਤਿਗੁਰਾਂ ਦੀ ਗੋਸ਼ਟੀ ਹੁੰਦੀ ਹੈ, ਵਿਚਾਰ ਹੁੰਦੀ ਹੈ, ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਿੱਧ ਉੱਥੇ ਆਪਣਾ ਮਾਰਗ ਦੱਸਦੇ ਨੇ ਕਿ ਅਸੀਂ ਸੰਸਾਰ ਦੇ ਵਿੱਚ ਸਾਡੀ ਯੁਗਤੀ ਕਿੱਦਾਂ ਦੀ ਹੈ, ਸਾਡੀ ਜੀਵਨ ਯੁਗ 'ਤੇ ਕੀ ਹੈ, ਅਸੀਂ ਧਰਮ ਕਿਵੇਂ ਕਮਾਉਂਦੇ ਹਾਂ, ਕਿਵੇਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ, ਅਤੇ ਉਹ ਆਪਣਾ ਮਾਰਗ ਦੱਸਦੇ ਹੋਏ ਬਚਨ ਕਰਦੇ ਨੇ। ਉਹਨਾਂ ਦੇ ਬਚਨ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਹ ਉਹਨਾਂ ਦਾ ਮਾਰਗ ਪਹਿਲਾਂ ਦੱਸਿਆ ਹੈ।
ਸਿੱਧਾਂ ਦਾ ਮਾਰਗ ਇਹ ਹੈ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਅਹਾਰੋ ਖਾਈਐ, ਉਦੂ ਬੋਲੇ ਗਿਆਨੇ। ਤੀਰਥ ਨਹਾਈਐ, ਸੁੱਖ ਫਲ ਪਾਈਐ, ਮੈਲ ਨਾ ਲੱਗੈ ਕਾਈ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬੇਦਸਾਈ। ਇੱਕ ਬੇਨਤੀ ਕਰਾਂ, ਅੱਜ ਸਾਡੀ ਕੌਮ ਦੇ ਵਿੱਚ ਨਾ ਇੱਕ ਗੱਲ ਬੜੀ ਚੱਲ ਰਹੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਦੋਂ ਪਾਠ ਕਰਦੇ ਹਾਂ ਨਾ, ਅਤੇ ਕਦੇ ਆਪ ਜੀ ਖਿਆਲ ਕਰਿਓ ਕਿ ਕਈ ਵੀਰ ਕੀ ਕਰਨਗੇ ਕਿ ਇੱਕ ਪੰਕਤੀ ਨੂੰ ਲੈ ਕੇ, ਇੱਕ ਪੰਕਤੀ ਨੂੰ ਆਧਾਰ ਬਣਾ ਕੇ, ਇੱਕ ਪੰਕਤੀ ਦੇ ਅਰਥ ਕਰਨ ਦੀ ਜਾਂ ਅਰਥ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਇੱਕ ਪੰਕਤੀ ਨੂੰ ਲੈ ਕੇ ਕਈ ਵਾਰ ਅਸੀਂ ਦੁਬਧਾ ਦੇ ਵਿੱਚ ਆਪ ਵੀ ਫਸ ਜਾਂਦੇ ਹਾਂ, ਦੂਜਿਆਂ ਦੇ ਨਾਲ ਵੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਕਿ ਆਹ ਪੰਕਤੀ ਇੱਥੇ ਬਾਣੀ ਤਾਂ ਇਵੇਂ ਕਹਿ ਰਹੀ ਹੈ। ਇੱਥੇ ਹੁਣ ਗੁਰੂ ਪਾਤਸ਼ਾਹ ਜੀ ਦੇ ਬਚਨ ਲਿਖੇ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟ ਬਾਣੀ ਦੇ ਅੰਦਰ ਕਿ ਤੀਰਥ ਨਹਾਈਏ, ਸੁੱਖ ਫਲ ਪਾਈਏ, ਮੈਲ ਨਾ ਲੱਗੇ ਕਾਈ। ਹੁਣ ਜੇ ਕੋਈ ਇਸ ਪੰਕਤੀ ਨੂੰ ਲੈ ਲਵੇਗਾ ਨਾ, ਤੇ ਉਹ ਸ਼ਾਇਦ ਇਹ ਸਮਝੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਤੀਰਥਾਂ 'ਤੇ ਜਾ ਕੇ ਨਹਾਈਏ, ਉੱਥੋਂ ਸੁੱਖ ਮਿਲਦਾ, ਕੋਈ ਮੈਲ ਨਹੀਂ ਲੱਗਦੀ। ਪਰ ਜਦੋਂ ਹੀ ਅਸੀਂ ਅਗਲੀ ਪੰਕਤੀ ਨਾਲ ਪੜ੍ਹਦੇ ਹਾਂ, ਪੂਰਾ ਪਾਠ ਸਾਰਾ ਪਾਠ ਕਰਦੇ ਹਾਂ, ਪ੍ਰਕਰਨ ਸਾਡੀ ਸਮਝ ਵਿੱਚ ਆਉਂਦਾ ਕਿ ਇੱਥੇ ਅਸਲ ਵਿੱਚ ਪ੍ਰਸੰਗ ਕੀ ਚੱਲ ਰਿਹਾ, ਨਾਲ ਹੀ ਸਾਡੀ ਸਮਝ ਵਿੱਚ ਪੈ ਜਾਂਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਬਚਨ ਲਿਖੇ ਜ਼ਰੂਰ ਨੇ, ਪਰ ਇਹ ਸਤਿਗੁਰੂ ਜੀ ਆਪਣੀ ਵਿਚਾਰਧਾਰਾ ਨਹੀਂ ਦੱਸ ਰਹੇ। ਇਹ ਵਿਚਾਰਧਾਰਾ ਤਾਂ ਸਿੱਧਾਂ ਦੀ ਹੈ, ਜਿਨ੍ਹਾਂ ਨੇ ਆਪਣਾ ਰਸਤਾ, ਆਪਣਾ ਤਰੀਕਾ, ਆਪਣਾ ਮਾਰਗ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੱਗੇ ਰੱਖਿਆ ਕਿ ਇਹ ਗੁਰੂ ਨਾਨਕ ਦੇਵ। ਸਾਡੀ ਵਿਚਾਰਧਾਰਾ ਇਹ ਹੈ, ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਇਹ ਜੋਗ ਦੀ ਯੁਗਤੀ ਹੈ, ਇਹ ਜੋਗ ਦੀ ਬਿਦ ਹੈ, ਇਹ ਜੋਗੀਆਂ ਦਾ ਤਰੀਕਾ ਆ ਕਿ ਹਾਟੀ ਬਾਟੀ ਰਹੇ ਨਿਰਾਲੇ, ਘਰ ਬਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਬੈਠ ਜਾਣਾ, ਪਰਿਵਾਰ ਨੂੰ ਛੱਡ ਦੇਣਾ, ਸਮਾਜ ਨੂੰ ਛੱਡ ਦੇਣਾ, ਰੂਖ ਬਿਰਖ ਉਦਿਆਨੇ, ਜੰਗਲਾਂ ਵਿੱਚ ਜਾ ਕੇ ਡੇਰੇ ਲਗਾ ਲੈਣੇ, ਕੰਧ ਮੂਲ ਅਹਾਰੋ ਖਾਈਏ, ਜੰਗਲਾਂ ਵਿੱਚ ਜਾ ਕੇ ਕੰਧ ਮੂਲ ਖਾਣਾ, ਜੜੀਆਂ ਬੋਟੀਆਂ ਖਾ ਕੇ ਗੁਜ਼ਾਰਾ ਕਰਨਾ, ਉਦੋਂ ਬੋਲੇ ਗਿਆਨੇ। ਇਹ ਉਹਨਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੱਸਿਆ, ਕਹਿੰਦੇ ਆਹ ਸਾਡਾ ਮਾਰਗ ਹੈ, ਇਵੇਂ ਅਸੀਂ ਧਰਮ ਨੂੰ ਕਮਾਉਂਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਆਪਣਾ ਹੁਣ ਤਰੀਕਾ ਦੱਸਿਆ। ਅਗਾਂਹ ਜੋ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਉਹ ਸਿੱਖੀ ਦਾ ਮਾਰਗ ਹੈ, ਉਹ ਮਾਰਗ ਹੈ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਜਗਤ ਜਲੰਧੇ ਨੂੰ ਬਖਸ਼ਿਸ਼ ਕੀਤਾ ਹੈ। ਜਿਹੜਾ ਮਾਰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਕਰਕੇ, ਉਦਾਸੀਆਂ ਕਰਕੇ ਪਹੁੰਚ ਕੇ ਗੁਰਸਿੱਖਾਂ ਨੂੰ ਸਮਝਾਇਆ ਕਿ ਭਾਈ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਗੁਜ਼ਾਰਨਾ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਆਹ ਤਰੀਕਾ ਜਿਹੜਾ ਵਾ ਇਹ ਸਾਡੀ ਪਸੰਦ ਦੇ ਵਿੱਚ ਨਹੀਂ ਹੈ, ਅਸੀਂ ਇਸ ਨੂੰ ਜੀਵਨ ਯੁਕਤੀ ਨਹੀਂ ਸਮਝਦੇ। ਸਾਡੀ ਜੀਵਨ ਯੁਕਤੀ ਇਹ ਹੈ ਕਿ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਸੁਰਤ ਉਸ ਨਿਰੰਕਾਰ ਦੇ ਨਾਲ ਜੁੜਨੀ ਹੈ। ਕਈ ਵਾਰ ਨਾ ਕਈ ਵੀਰ ਕਹਿ ਦਿੰਦੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਨੁੱਖ ਨੂੰ ਸੰਸਾਰੀ ਬਣਨਾ ਸਿਖਾਇਆ, ਪਰ ਇਹ ਬਿਲਕੁਲ ਗਲਤ ਗੱਲ ਹੈ, ਕਿਉਂਕਿ ਸੰਸਾਰੀ ਅਸਲ ਦੇ ਵਿੱਚ ਉਹ ਹੈ ਜਿਹੜਾ ਬਿਲਕੁਲ ਸੰਸਾਰ ਦੇ ਵਿੱਚ ਖੁਭਿਆ ਹੋਇਆ, ਜਿਹਨੂੰ ਉਸ ਨਿਰੰਕਾਰ ਦਾ ਪਲ ਭਰ ਵੀ ਚੇਤਾ ਹੀ ਨਹੀਂ ਹੈ। ਉਹ ਨਿਰੰਕਾਰ ਨੂੰ ਜਿਹਨੇ ਮੂਲੋਂ ਹੀ ਵਸਾਰਿਆ ਹੋਇਆ, ਉਸ ਕਰਤਾਰ ਨੂੰ ਜਿਹਨੇ ਭੁਲਾਇਆ ਹੋਇਆ, ਜਿਹੜਾ ਭੁੱਲ ਚੁੱਕਾ ਉਸ ਮਾਲਕ ਨੂੰ, ਉਹ ਸੰਸਾਰੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਸਾਰੀ ਬਣਨਾ ਨਹੀਂ ਸਿਖਾਇਆ, ਪਰ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਇਹ ਕਿਰਪਾ ਕੀਤੀ ਹੈ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਨਿਰੰਕਾਰ ਦੇ ਨਾਲ ਕਿਵੇਂ ਜੁੜਨਾ ਇਹ ਸਿਖਾਇਆ। ਇਹ ਸਤਿਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਵੀ ਸਾਨੂੰ ਸਿਖਾ ਕੇ ਗਏ ਨੇ, ਇਹ ਸਤਿਗੁਰੂ ਪਾਤਸ਼ਾਹ ਜੀ ਆਪਣੇ ਜੀਵਨ ਦੇ ਵਿੱਚ ਵੀ ਸਾਨੂੰ ਦਿਖਾ ਕੇ ਗਏ ਨੇ। ਜਿਵੇਂ ਦਾ ਜੀਵਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਜ਼ਾਰਿਆ ਹੈ ਨਾ, ਜਿੱਦਾਂ ਦੀ ਜ਼ਿੰਦਗੀ ਗੁਰੂ ਪਾਤਸ਼ਾਹ ਜੀ ਨੇ ਗੁਜ਼ਾਰੀ ਹੈ, ਸਤਿਗੁਰਾਂ ਦੇ ਜੀਵਨ ਦੇ ਵਿੱਚ ਇਸ ਗੱਲ ਦੇ ਪ੍ਰਤੱਖ ਦਰਸ਼ਨ ਹੁੰਦੇ ਜੇ ਅਸੀਂ ਦੇਖਣਾ ਚਾਹੀਏ। ਇਸ ਸੰਸਾਰ ਦੇ ਵਿੱਚ ਰਹਿ ਕੇ ਜ਼ਿੰਦਗੀ ਨੂੰ ਗੁਜ਼ਾਰਨ ਕਿਵੇਂ ਕਰਨਾ ਆ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਕਰਤਾਰ ਦੇ ਨਾਲ, ਉਸ ਨਿਰੰਕਾਰ ਦੇ ਨਾਲ ਜੁੜਨਾ ਕਿਵੇਂ ਹੈ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹੋ ਜਿਹਾ ਜੀਵਨ ਗੁਜ਼ਾਰ ਕੇ ਸਾਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦਿਖਾ ਦਿੱਤਾ ਕਿ ਭਲਿਆ ਇੱਦਾਂ। ਆਪ ਜੀ ਖਿਆਲ ਕਰਿਓ, ਬਚਪਨ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਿਸ ਕਾਰ ਦੇ ਵਿੱਚ ਲਗਾਇਆ, ਉਹਨਾਂ ਨੇ ਆਪਣੀ ਮਾਤਾ ਪਿਤਾ ਦਾ ਹੁਕਮ ਸਿਰ ਮੱਥੇ 'ਤੇ ਮੰਨਿਆ।
ਜਵਾਨੀ ਦੇ ਵਿੱਚ ਜੇ ਪਿਤਾ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਆਪਣੀ ਭੈਣ ਦੇ ਕੋਲ ਸੁਲਤਾਨਪੁਰ ਲੋਧੀ ਚਲੇ ਜਾਓ, ਉੱਥੇ ਜਾ ਕੇ ਕੰਮ ਕਰੋ, ਕਿਰਤ ਕਰੋ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਪਿਤਾ ਦਾ ਹੁਕਮ ਮੰਨ ਕੇ ਸਤਿਗੁਰੂ ਸੁਲਤਾਨਪੁਰ ਲੋਧੀ ਪਹੁੰਚ ਗਏ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਨਾ, ਉਹਨਾਂ ਤੋਂ ਪਾਸਾ ਨਹੀਂ ਵੱਟਿਆ ਅਤੇ ਨਾ ਹੀ ਸਾਨੂੰ ਵੱਟਣਾ ਸਿਖਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਜ਼ਿੰਮੇਵਾਰ ਇਨਸਾਨ ਬਣਨਾ ਸਿਖਾਇਆ ਅਤੇ ਇੱਕ ਜ਼ਿੰਮੇਵਾਰ ਇਨਸਾਨ ਜਿਹੜਾ ਨਾ, ਉਹਦੀ ਉਹ ਨਿਸ਼ਾਨੀ ਹੈ ਕਿ ਉਹ ਪਰਿਵਾਰ ਦੇ ਪ੍ਰਤੀ ਵੀ ਜ਼ਿੰਮੇਵਾਰ ਹੋਵੇ, ਇਸ ਸੰਸਾਰ ਦੇ ਪ੍ਰਤੀ ਵੀ ਜ਼ਿੰਮੇਵਾਰ ਹੋਵੇ, ਇਸ ਸਮਾਜ ਦੇ ਵਿੱਚ ਰਹਿੰਦਾ ਹੋਇਆ ਫਿਰ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਨਾ ਕਿ ਨਿਰੰਕਾਰ ਦੇ ਨਾਲ ਜੁੜਨਾ, ਉਸ ਦੇ ਪ੍ਰਤੀ ਵੀ ਉਹ ਜ਼ਿੰਮੇਵਾਰ ਹੋਵੇ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੀ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮਝਾ ਕੇ ਗਏ ਸਾਰਾ ਕੁਝ। ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਕਿ ਸਾਡਾ ਮਾਰਗ ਇਹ ਹੈ, ਹਾਟੀ ਦਾ ਭਾਵ ਹੈ ਇੱਥੇ ਕਿਰਤ ਕਰਨਾ, ਵਪਾਰ ਕਰਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਸਾਡਾ ਮਾਰਗ ਕਿਤੇ ਇਹ ਨਹੀਂ ਦੱਸਦਾ ਕਿ ਕਿਰਤ ਕਰਨੀ ਛੱਡ ਦੇਣੀ ਚਾਹੀਦੀ ਆ, ਕਿ ਧਰਮ ਦੇ ਵਾਸਤੇ ਕਿਰਤ ਨੂੰ ਛੱਡ ਹੀ ਦੇਣਾ ਆ, ਕਰਮ ਕਰਨੇ ਛੱਡ ਹੀ ਦੇਣੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਮਾਰਗ ਨਹੀਂ ਹੈ। ਆਪ ਜੀ ਖਿਆਲ ਕਰੋ, ਅਸੀਂ ਕਰਤਾਰਪੁਰ ਦੀ ਪਾਵਨ ਧਰਤੀ ਦੇ ਕੋਲ ਵੱਸਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੀ ਉਦਾਸੀ ਤੋਂ ਵਾਪਸ ਆਉਂਦਿਆਂ ਇਸ ਕਰਤਾਰਪੁਰ ਨਗਰ ਦਾ ਨਿਰਮਾਣ ਕਰਵਾਇਆ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਸ ਗੱਲ ਦਾ ਉਲੇਖ ਮਿਲਦਾ ਆ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਦਾਸੀਆਂ ਸੰਪੂਰਨ ਕੀਤੀਆਂ ਨੇ ਨਾ, ਉਦਾਸੀਆਂ ਦੇ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਦਾਸੀ ਦਾ ਭੇਖ ਪਾਇਆ ਹੋਇਆ, ਉਦਾਸੀ ਦਾ ਬਾਣਾ ਪਾਇਆ ਹੋਇਆ। ਪਰ ਜਦੋਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਖਤਮ ਕੀਤੀਆਂ ਅਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਬਾਬਾ ਆਇਆ ਕਰਤਾਰਪੁਰ, ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਰਤਾਰਪੁਰ ਵਿੱਚ ਆਪਣਾ ਵਾਸਾ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਥੇ ਆ ਕੇ ਸੰਸਾਰੀ ਕੱਪੜੇ ਪਾ ਲਏ। ਇੱਥੇ ਸੰਸਾਰੀ ਕੱਪੜੇ ਪਾਉਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਥੇ ਆ ਕੇ ਫਿਰ ਕਿਰਤ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲਗਾ ਕੇ ਉਸ ਕਰਤਾਰ ਨੂੰ, ਉਸ ਕਿਰਤ ਦੇ ਮਾਲਕ ਨੂੰ ਚੇਤੇ ਰੱਖਦਿਆਂ ਹੋਇਆਂ ਆਪਣੀ ਸਾਰੀ ਜ਼ਿੰਦਗੀ ਦਾ ਇੱਥੇ ਗੁਜ਼ਰਾਨ ਕੀਤਾ ਆ। ਤਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਬਚਨ ਸਿੱਧਾ ਨੂੰ ਆਖੇ ਸਨ ਕਿ ਭਾਈ ਤੁਹਾਡਾ ਰਸਤਾ ਇਹ ਹੋ ਸਕਦਾ ਆ ਕਿ ਸੰਸਾਰ ਨੂੰ ਛੱਡ ਕੇ ਅਤੇ ਜੰਗਲਾਂ ਵਿੱਚ ਇਕਾਂਤ ਵਿੱਚ ਜਾ ਕੇ ਬੈਠ ਜਾਣਾ, ਸੰਸਾਰ ਨੂੰ ਛੱਡ ਕੇ, ਸਮਾਜ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ ਅਤੇ ਜੰਗਲਾਂ ਵਿੱਚ ਜਾ ਕੇ ਬੈਠ ਕੇ ਭਗਤੀ ਕਰਨੀ ਹੈ, ਪਰ ਇਹ ਸਾਡਾ ਮਾਰਗ ਨਹੀਂ ਹੈ। ਸਗੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਤੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਜਦੋਂ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ, ਕਿਉਂਕਿ ਸਿੱਧਾ ਨੇ ਦੇਖਿਆ ਸੀ ਕਿ ਇਹ ਗੁਰੂ ਨਾਨਕ ਕੋਈ ਆਮ ਨਹੀਂ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਿੱਧਾ ਨੇ ਪੁੱਛਿਆ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਸਿੱਧ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛਦੇ ਆ ਕਿ ਮਾਤ ਲੋਕ ਦੇ ਵਿੱਚ ਕਿੱਦਾਂ ਦਾ ਵਰਤਾਰਾ ਆ, ਆ ਦੁਨੀਆਂ ਦੇ ਵਿੱਚ ਵਰਤਾਰਾ ਕਿੱਦਾਂ ਦਾ, ਕਿਉਂਕਿ ਸਿੱਧ ਇਹ ਸਮਝ ਚੁੱਕੇ ਨੇ ਕਿ ਇਹ ਗੁਰੂ ਨਾਨਕ ਕੋਈ ਆਮ ਨਹੀਂ ਹੈਗੇ। ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਸਾਰੇ ਸਿੱਧਾਂ ਨੇ ਇਹ ਬੁੱਝ ਲਿਆ, ਇਸ ਗੱਲ ਨੂੰ ਸਮਝ ਲਿਆ ਕਿ ਇਹ ਗੁਰੂ ਨਾਨਕ ਕੋਈ ਆਮ ਨਹੀਂ ਹੈ, ਸਗੋਂ ਇਹ ਤਾਂ ਕਲਯੁਗ ਨੂੰ ਤਾਰਨ ਆਏ ਨੇ। ਜਦੋਂ ਇਸ ਗੱਲ ਨੂੰ ਜਾਣ ਲਿਆ, ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਅਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਅੱਗੋਂ ਜਵਾਬ ਦਿੱਤਾ ਅਤੇ ਨਾਲ ਹੀ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਇਆ ਕਿ ਭਾਈ ਜ਼ਿੰਮੇਵਾਰੀ ਤਾਂ ਤੁਸੀਂ ਆਪਣੀ ਛੱਡ ਆਏ ਹੋ, ਜ਼ਿੰਮੇਵਾਰੀ ਨੂੰ ਤੁਸੀਂ ਆਪਣੀ ਨੂੰ ਭੁਲਾ ਦਿੱਤਾ ਅਤੇ ਹੁਣ ਤੁਹਾਨੂੰ ਮਾਤ ਲੋਕ ਦੇ ਨਾਲ ਕੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਤੁਸੀਂ ਤਾਂ ਉਸ ਸੰਸਾਰ ਨੂੰ ਛੱਡ ਕੇ ਇਹਨਾਂ ਪਰਬਤਾਂ ਦੇ ਵਿੱਚ ਆ ਕੇ ਛਿਪ ਕੇ ਬੈਠ ਗਏ ਹੋ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜਿਨ੍ਹਾਂ ਨੂੰ ਕੁਝ ਗਿਆਨ ਹੈ, ਜਿਨ੍ਹਾਂ ਦੇ ਕੋਲ ਕੁਝ ਧਰਮ ਦੀ ਨੌਲੇਜ ਹੈ, ਜਿਨ੍ਹਾਂ ਨੂੰ ਧਰਮ ਦਾ ਪਤਾ ਆ, ਜਿਨ੍ਹਾਂ ਨੂੰ ਭਗਤੀ ਮਾਰਗ ਦੀ ਜਾਣਕਾਰੀ ਹੈ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਚੰਗੇ ਪਾਸੇ ਵੱਲ ਜੋੜਨਾ ਸੀ, ਲੁਕਾਈ ਨੂੰ ਚੰਗੇ ਪਾਸੇ ਵੱਲ ਜੋੜਨਾ ਸੀ, ਉਹ ਤਾਂ ਆਪ ਸਮਾਜ ਨੂੰ ਛੱਡ ਕੇ, ਉਹ ਤਾਂ ਆਪ ਸੰਸਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਤੁਸੀਂ ਆ ਕੇ ਬੈਠ ਗਏ ਹੋ, ਹੁਣ ਤੁਹਾਨੂੰ ਇਸ ਗੱਲ ਦੇ ਨਾਲ ਕੀ ਕਿ ਸੰਸਾਰ ਦੇ ਵਿੱਚ ਕੀ ਹੋ ਰਿਹਾ। ਮੈਂ ਇੱਕ ਦਿਨ ਕਿਤੇ ਪੜ੍ਹ ਰਿਹਾ ਸੀ, ਸੰਗਤ ਦਾ ਸੰਕਲਪ ਜੋ ਸਿੱਖ ਧਰਮ ਦੇ ਵਿੱਚ ਹੈ, ਅਤੇ ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਲਿਖੇ ਸਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਸੰਗਤ ਦੀ ਆਰੰਭਤਾ ਹੋਈ ਹੈ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਸੰਗਤ ਦਾ ਸੰਕਲਪ ਹੈ ਨਾ ਜਿਹੜਾ,
एक बड़ी प्यारी चीज सानू सिखाउंदा आ क्योंकि गुरु नानक देव जी का मार्ग ही यह है। असी देखो अरदास जो सतगुरां दे चरणां विच करदे आ ते अरदास जो करदे आ चाहे असी पुत्र की अरदास करिए चाहे धी की अरदास करिए चाहे विद्या प्राप्ति की अरदास करिए अपने किसी भी कर्म की साड़ी कोई भी मंग होवे असी निजी अरदास कुछ भी कर रहे हैं पर जिन्ना चिर असी ये नहीं ना कह देंगे कि तेरे भाणे सरबत का भला जिन्ना चिर असी सरबत का भला नहीं मंगते उन्ना चिर साड़ी अरदास संपूर्ण ही नहीं होंगी। साड़ी अरदास ही तां पूरी है जे सरबत का भला साड़ी अरदास दे विच है सरबत का भला साड़ी बेनती दे विच है। गुरु नानक देव पातशाह जी ने संगत का भी जो सानू संकल्प जो सिद्धांत बख्शिया ना इस संगत दे विच भी कित ना कित सरबत का भला आ ते सिखाया सानू ये आ भाई जे आप परमात्मा दे नाम दे नाल जुड़ के जे आप गुरु की बाणी दे नाल जुड़ के अपने जीवन नू कमा लिया ना अपने जीवन नू चंगे पासे वल जोड़ लिया ते हुण तेरी जिम्मेवारी इत्थे ही खत्म नहीं हो जाती। तेरी जिम्मेवारी ये भी है जे तू आप जुड़ गया हुण तू होरां नू भी जोड़। इस संगत दे विच भी कितना कितने कल्याण की जिहड़ी भावना है इस संगत दे विच भी कितना कितने सारयां दे कल्याण की सर्व कल्याण की भावना जिहड़ी है इस समोई हुई है। इस वास्ते गुरु नानक देव पातशाह जी ने जो सानू उपदेश दिते जिवें कह दिंदे ना कि संसारी संसारी नहीं बनाया हाँ इस संसार दे विच रहना सिखाया कि इस संसार दे विच रहिंदिया रहिंदिया उस करतार दे नाल जुड़ना किवें है क्योंकि विद्वान जन बड़ा प्यारा लिखते ने कहिंदे कि दुनिया दे विच दो तरह दी रावां चलदियां सी कोई कहिंदा सी कि सिर्फ संसारी बन जो किसी नूं निरंकार दा चेता नहीं ते जिहड़ा निरंकार दे पासे वल तुर पिया उहने संसार दा फिक्र नहीं कीता पर गुरु नानक देव पातशाह जी ने इस संसार नूं इस लुकाई नूं गुरु नानक देव पातशाह जी ने लुकाई नूं उस करतार दे नाल जोड़िया। ये नहीं कि जे अपने कोल ज्ञान है जे अपने कोल परमात्मा दा नाम है ते उन्हूं अपने कोल रखिया नहीं उस नाम दा छट्टा जेड़ा आ वो आप पैदल मार्ग करके देखो किन्ने करोड़ां जेड़ा उन्होंने वो मीलां तक वो दूर दूर तक उन्होंने सफ़र कीता आ ये सारा सफ़र जेड़ा गुरु नानक देव पातशाह जी का ये ऐसे वास्ते ही है कि वह नाम का सिट्टा जेड़ा वा उन्हूं जगह जगह ते लुकाई दे हिरदियां दे विच नाम का बीज बीजिया जा सके ता ही गुरु नानक देव पातशाह जी का ये मिशन जेड़ा चढ़िया सोधन धरत लुकाई। गुरु नानक देव पातशाह जी का मिशन कि धरत लुकाई नू सोधना इस कलयुग दे विच जिहड़े जीव ने उन्हां दा पार उतारा करना ते सतगुरु पातशाह जी ने सानू भी यही उपदेश कीता कि आप बाणी दे लड़ लग के होर ना भी गुरु दी बाणी दे लड़ जोड़िए होर ना नू भी परमात्मा दे नाम दे नाल जोड़िए। इन्हीं एक बेनतियां प्रवान करनियां होईयां भुल्लां चुक्कां दी खिमा असीस बख्श के सारी संगत फतेह सांझी करो आखो जी वाहिगुरु जी का खालसा वाहिगुरु जी की